ਜੋ ਜੋ ਪੰਜਾਬ ਚੋਣਾਂ ਨਜ਼ਦੀਕ ਆ ਰਹੀਆਂ ਨੇ ਤਿਵੇਂ ਤਿਵੇਂ ਪੰਜਾਬ ਅੰਦਰ ਕਈ ਤਰ੍ਹਾਂ ਦੀਆਂ ਸਿਆਸੀ ਤਬਦੀਲੀਆਂ ਸਾਜ਼ਿਸ਼ਾਂ ਧਾਰਮਿਕ ਬੇਅਦਬੀਆਂ ਬੇਵਫਾਈਆਂ ਵੇਖਣ ਨੂੰ ਮਿਲ ਰਹੀਆਂ ਨੇ ਮੌਕਾ ਪ੍ਰਸਤ ਸਿਆਸੀ ਪਾਰਟੀਆਂ ਬਦਲ ਰਹੇ ਨੇ ਨਵਜੋਤ ਸਿੰਘ ਸਿੱਧੂ ਸਿਆਸੀ ਚੱਕਰ ਚੁੰਡੇ ਉੱਪਰ ਸਵਾਰ ਨੇ ਪਤਾ ਨਹੀਂ ਲੱਗ ਰਿਹਾ ਓੜਕ ਉਤਰ ਕੇ ਕਿਹੜੀ ਕਿਸ਼ਤੀ ਨੂੰ ਪਾਰ ਲਾਉਣਗੇ ਜਾਂ ਕਿਹਦੀ ਡੋਬਣਗੇ ਰਾਜ ਸਭਾ ਸੇ ਇਸਤੀਫਾ ਮੈਨੇ ਇਸ ਲਈ ਦਿਆ ਕਿ ਮੁਝੇ ਕਹਾ ਗਿਆ ਥਾ ਕਿ ਪੰਜਾਬ ਕੀ ਤਰਫ ਮੂੰਹ ਨਹੀਂ ਕਰੋਗੇ ਔਰ ਪੰਜਾਬ ਸੇ ਤੁਮ ਦੂਰ ਰਹੋਗੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣੇ ਵਜ਼ੀਰਾਂ ਵਿਧਾਇਕਾਂ ਦੇ ਕੁਕਰਮਾਂ ਤੇ ਭੈੜੇ ਕਾਰਨਾਮਿਆਂ ਕਰਕੇ ਬਦਨਾਮੀ ਦੇ ਕਈ ਮੀਲ ਪੱਥਰ ਸਰ ਕਰ ਚੁੱਕੀ ਹੈ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਦੇ ਸਾਜ਼ਿਸ਼ੀ ਨਿਕਾਲੇ ਤੋਂ ਬਾਅਦ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਵਜੂਦ ਸਿਰ ਤੋਂ ਪੈਰਾਂ ਤੀਕ ਲਹੂ ਲੁਹਾਨ ਤੇ ਅਕਸ ਤੋਂ ਆਖਿਆ ਗਿਆ ਹੈ ਜੇ ਮੈਂ ਲੋਕਾਂ ਨਾਲ ਠੱਗੀ ਮਾਰੀ ਹੈ ਕਿਸੇ ਨੂੰ ਕੋਈ ਲਾਲਚ ਦਿੱਤਾ ਤਾਂ ਮੇਰੀ CBI ਕੋਲ ਇਨਕੁਆਇਰੀ ਕਰਾਈ ਜਾਏ ਜੇ ਮੈਂ ਪਬਲਿਕ ਲਾਈਫ ਦੇ ਵਿੱਚ ਇੱਕ ਪੈਸਾ ਵੀ ਮੇਰੇ ਵੱਲ ਨਿਕਲੇਗਾ ਤਾਂ ਮੈਨੂੰ ਟੰਗ ਦਿੱਤਾ ਜਾਏ ਮੈਂ ਦਿਆਨਤਦਾਰੀ ਦੇ ਨਾਲ 40 ਸਾਲ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਮੈਂ ਸਮਝਦਾ ਸੀ ਕਿ ਮੇਰੀ ਪਾਰਟੀ ਮੈਨੂੰ ਅਵਾਰਡ ਦੇਵੇਗੀ ਬਦਕਿਸਮਤੀ ਹੈ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਸਿਆਸਤ ਬਦਲਣ ਆਏ ਹਾਂ ਸਿਆਸਤ ਤਾਂ ਉਹਨਾਂ ਨੇ ਬਦਲ ਦਿੱਤੀ ਅੱਗੇ ਪਾਰਟੀ 'ਤੇ ਇਲਜ਼ਾਮ ਲੱਗਦਾ ਸੀ ਅਤੇ ਪਾਰਟੀ ਵਾਲੇ ਉਹਨੂੰ ਡਿਫੈਂਡ ਕਰਦੇ ਸੀ ਹੁਣ ਪਾਰਟੀ ਮੈਨੂੰ ਫਸਾ ਰਹੀ ਹੈ ਤੇ ਜਿਹੜੇ ਮੇਰੇ ਵਿਰੋਧੀ ਸੀ ਉਹ ਮੈਨੂੰ ਡਿਫੈਂਡ ਕਰ ਰਹੇ ਆ ਧਰਮਵੀਰ ਗਾਂਧੀ ਦੀ ਬਗਾਵਤ ਨੂੰ ਅਜੇ ਕਿਸੇ ਵੀ ਪਾਸਿਓਂ ਵੱਡਾ ਹੁੰਗਾਰਾ ਨਹੀਂ ਮਿਲਿਆ ਸ਼੍ਰੀ ਅਰਵਿੰਦ ਕੇਜਰੀਵਾਲ ਵੀ ਰਵਾਇਤੀ ਸਿਆਸੀ ਪਾਰਟੀਆਂ ਦੇ ਸਾਰੇ ਹੱਥ ਕੰਡੇ ਅਪਣਾਉਂਦਿਆਂ ਫਿਰਕਾ ਵਰਾਨਾ ਤੇ ਸਾਧਾਂ ਦੇ ਡੇਰਿਆਂ ਨਾਲ ਜੁੜੀ ਸਿਆਸੀ ਸ਼ਤਰੰਜ ਖੇਡਣ ਲੱਗ ਪਏ ਨੇ ਹਾਲ ਹੀ ਵਿੱਚ ਆਪਣੇ ਜਲੰਧਰ ਵਿਖੇ ਪੰਜਾਬ ਦੀ ਅਗਰਵਾਲ ਬਰਾਦਰੀ ਦੀ ਵੋਟਾਂ ਹਾਸਿਲ ਕਰਨ ਲਈ ਪੰਜਾਬ ਦੇ ਸਮੂਹ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਹਰ ਰੰਗ ਦੇ ਸਬਜ਼ ਬਾਗ ਵਿਖਾਏ ਗਏ ਇੱਕ ਤਰ੍ਹਾਂ ਸੇ ਅਗਰਵਾਲ ਸਮਾਜ ਵਪਾਰੀਓ ਉਦਯੋਗਪਤੀਓ ਉਸਮੇ ਸਭਸੇ ਜ਼ਿਆਦਾ ਅਗਰਵਾਲ ਸਮਾਜ ਕੇ ਲੋਕ ਆਪਣੇ ਰਹਿਤੇ ਹੈ ਜਬ ਸੇ ਦਿੱਲੀ ਮੇਂ ਸਰਕਾਰ ਬਣੀ ਹੈ ਹਮਾਰੀ ਕੋਸ਼ਿਸ਼ ਇਹ ਰਹੀ ਹੈ ਕਿ ਰੇਡ ਰਾਜ ਬੰਦ ਕਰਕੇ ਮੇਰੇ ਕੋ ਆਪਣੇ ਕੋ ਇਹ ਲਗਤਾ ਹੈ ਕਿ ਰੇਡ ਕਰਕੇ ਆਪ ਵਪਾਰੀਓ ਸੇ ਕਰ ਨਹੀਂ ਲੈ ਸਕਤੇ ਪੰਜਾਬ ਦੀਆਂ ਟੁੱਟੀਆਂ ਸੜਕਾਂ ਤੇ ਖਸਤਾ ਪੁਲਾਂ ਦੇ ਨਾਲ ਨਾਲ ਦਿਨ ਬ ਦਿਨ ਨਿਗਰ ਰਹੀ ਅਮਨ ਕਾਨੂੰਨ ਦੀ ਹਾਲਤ ਦੇ ਬਾਵਜੂਦ ਅਕਾਲੀ ਭਾਜਪਾਈ ਵਿਕਾਸ ਦਾ ਪਾਟਿਆ ਢੋਲ ਘੁੱਟ ਰਹੇ ਨੇ ਨੰਨੀ ਛਾਂ ਲਹਿਰ ਦੀ ਜਨਮਦਾਤੀ ਬੀਬੀ ਹਰਸਿਮਰਤ ਕੌਰ ਬਾਦਲ ਪੁਲਿਸ ਜ਼ਬਰ ਦਾ ਸ਼ਿਕਾਰ ਤੇ ਸਮਾਜਿਕ ਅਨਿਆਂ ਦਾ ਸ਼ਿਕਾਰ ਔਰਤਾਂ ਦੀ ਦੁਰਦਸ਼ਾ ਤੇ ਖਾਮੋਸ਼ ਹੋ ਕੇ ਇਸ਼ਤਿਹਾਰਬਾਜ਼ੀ ਨਾਲ ਆਪਣੇ ਆਪ ਨੂੰ ਬਹੁਤ ਵੱਡੀ ਪੰਜਾਬ ਹਿਤੈਸ਼ੀ ਆਗੂ ਸਾਬਿਤ ਕਰਨ ਤੇ ਤੁਲੀ ਹੋਈ ਹੈ ਨਾ ਕੋਈ ਡਰੱਗਸ ਉਗਤਾ ਹੈ ਔਰ ਨਾ ਹੀ ਮੈਨੂਫੈਕਚਰ ਹੋਤਾ ਹੈ ਧੋਲੇ ਵਾਲਾ ਪਿੰਡ ਦੇ ਵਿੱਚ 35 ਲੱਖ ਦੀ ਇੱਕ ਦਿਨ ਚ ਹੈਰੋਇਨ ਵਿਕਰੀ 800 ਪਰਿਵਾਰਾਂ ਤੋਂ 600 ਪਰਿਵਾਰਾਂ ਤੇ ਪਰਚਾ ਹੋ ਗਿਆ ਇੱਕ ਇੱਕ ਰਾਤੋ ਰਾਤ ਵੇਚਣ ਲੱਗ ਗਈ ਸੀ ਸਭ ਕੁਝ ਪਹਿਲਾਂ ਵੀ ਪਤਾ ਸੀ ਕੈਪਟਨ ਅਮਰਿੰਦਰ ਸਿੰਘ ਆਪਣੀ ਬਦਲੀ ਹੋਈ ਸਿਆਸੀ ਰਣਨੀਤੀ ਨਾਲ ਪੰਜਾਬ ਅੰਦਰ ਕਾਂਗਰਸ ਦੇ ਖੁਸ ਚੁੱਕੇ ਸਿਆਸੀ ਆਧਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਕਾਮਯਾਬ ਹੋ ਰਹੇ ਨੇ ਮੇਰਾ ਖਿਆਲ ਸਭ ਕੁਝ ਵਿਗੜਿਆ ਹੋਇਆ ਪੰਜਾਬ 'ਚ ਤੁਹਾਡੀ ਕਿਸਾਨੀ ਵਿਗੜੀ ਹੋਈ ਹੈ ਤੁਹਾਡੀ ਇੰਡਸਟਰੀ ਵਿਗੜੀ ਹੋਈ ਹੈ ਤੁਹਾਡੇ ਨੌਜਵਾਨ ਨਸ਼ਿਆਂ 'ਚ ਪਏ ਹੋਏ ਨੇ ਕਿਹੜੀ ਇੱਕ ਚੀਜ਼ ਹੈ ਜਿਹੜੀ ਠੀਕ ਚੱਲ ਰਹੀ ਹੈ ਬਾਦਲਾਂ ਦੀ ਪਰਸਨਲ ਗੱਲ ਉਹ ਵੱਖਰੀ ਹੈ ਉਹ ਤਾਂ ਚੰਗੀ ਤਰ੍ਹਾਂ ਚੜ੍ਹਤ 'ਚ ਹੈ ਲੇਕਿਨ ਬਾਕੀ ਪੰਜਾਬ ਤਾਂ ਡੁੱਬਿਆ ਪਿਆ ਕਿਹੜੀ ਸਾਡੀ ਸਿਚੁਏਸ਼ਨ ਹੈ ਅੱਜ ਨੌਕਰੀਆਂ ਦੇ ਡੂ ਯੂ ਨੋ ਕਿੰਨੇ ਕੁ ਸਾਡੀ ਨੌਕਰੀ ਵੀ ਸਾਨੂੰ ਅੱਜ ਲੋੜ ਹੈ 90 ਲੱਖ ਨੌਕਰੀਆਂ ਦੀ ਔਰ ਸਾਡੇ ਪੰਜਾਬ ਸਰਕਾਰ ਕਰਦੀ ਹੈ 1.25 ਲੱਖ ਬਾਕੀ ਜਾਣਗੇ ਕਿੱਥੇ ਇੰਡਸਟਰੀ ਨੂੰ ਸਾਰੀ ਇੰਡਸਟਰੀ ਬੰਦ ਹੈ ਸਾਰੀ ਲੁਧਿਆਣਾ ਬੰਦ ਹੈ ਸਭ ਲੋਕ ਬਾਹਰ ਵਿੱਚ ਥੋੜੀ ਬਾਈਸਾਈਕਲ ਇੰਡਸਟਰੀ ਸਾਰੀ ਚਲੀ ਗਈ ਝਾਰਖੰਡ ਜੇ ਕੈਪਟਨ ਅਮਰਿੰਦਰ ਸਿੰਘ ਇਸੇ ਹੀ ਸਿਆਸੀ ਰਫ਼ਤਾਰ ਨਾਲ ਪੰਜਾਬ ਦੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਰਹੇ ਤਾਂ ਸੰਭਵ ਹੈ ਕਿ ਉਹ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਤੇ ਭਾਰੂ ਪੈਣਗੇ ਭਾਵੇਂ ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਚੋਖਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਸੀ ਪਰ ਇਸ ਅੰਦਰੂਨੀ ਫੁੱਟ ਤੇ ਦੂਜੀਆਂ ਪਾਰਟੀਆਂ 'ਚ ਆ ਕੇ ਆਪ ਵਿੱਚ ਸ਼ਾਮਿਲ ਹੋਏ ਦਾਗੀ ਤੇ ਮੌਕਾ ਪ੍ਰਸਤ ਆਗੂਆਂ ਨੇ ਇਸ ਦਾ ਪੰਜਾਬ ਵਿੱਚ ਸਾਰਾ ਢਾਂਚਾ ਹੀ ਵਿਗਾੜ ਦਿੱਤਾ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੂੰ ਦਰਕਿਨਾਰ ਕਰਨਾ ਘੁੱਗੀ ਨੂੰ ਕਨਵੀਨਰ ਬਣਾਉਣਾ ਤੇ ਆਪ ਦੇ ਹਰ ਆਗੂ ਵੱਲੋਂ ਆਪੋ ਆਪਣੀ ਡਫਲੀ ਵਜਾਉਣਾ ਪਾਰਟੀ ਲਈ ਘਾਤਕ ਸਾਬਤ ਹੋਇਆ ਹੈ ਸਰ ਦੇਖੋ ਇੱਕ ਬੱਚਾ 19.5 ਸਾਲ ਦੀ ਉਮਰ ਦੇ ਵਿੱਚ UPSC ਕਲੀਅਰ ਕਰ ਜਾਂਦਾ ਉਹਨੂੰ ਤੁਸੀਂ DC ਲਾ ਦਿੰਦੇ ਹੋ ਜ਼ਿਲ੍ਹੇ ਦਾ ਅਸੀਂ ਕਦੀ ਕੁਐਸਚਨ ਕਰਦੇ ਹਾਂ ਵੀ ਪੁਰਾਣੇ PCS ਛੱਡ ਕੇ ਤੁਸੀਂ ਇਹਨੂੰ DC ਕਿਉਂ ਲਾਤਾ ਸੋ ਉਹ ਕੁਛ ਅਗਰ ਚੀਜ਼ ਨਵੀਂ ਲੈ ਕੇ ਆਏਗਾ ਤਾਂ ਪਾਰਟੀ ਨੂੰ ਇਸਤੇਮਾਲ ਕਰਨਾ ਚਾਹੀਦਾ ਸਿਆਸਤ 'ਚ ਮਾਪਦੰਡ ਨਹੀਂ ਵਰਤੇ ਜਾਂਦੇ ਸਿਆਸਤ 'ਚ ਸੀਨੀਓਰਿਟੀ ਬਣਦੀ ਹੈ ਤਜਰਬੇ ਦੇ ਆਧਾਰ 'ਤੇ ਨਹੀਂ ਸਰ ਬੜੇ ਬੜੇ ਤਜਰਬੇਕਾਰ ਲੀਡਰ ਵੀ ਹੋਏ ਨੇ ਜਿਹਨਾਂ ਬੇੜਾ ਗਰਕ ਕੀਤਾ ਪਾਰਟੀਆਂ ਦਾ
ਔਰ ਬੜੇ ਬੜੇ ਨਵੇਂ ਯੰਗ ਲੀਡਰ ਆਏ ਨੇ ਜਿਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੋਂ ਵੱਡੀ ਮਿਸਾਲ ਹੋ ਸਕਦੀ ਕੋਈ ਸਰ ਸਰਦਾਰ ਨਵਜੋਤ ਸਿੰਘ ਸਿੱਧੂ ਐਂਡ ਪਾਰਟੀ ਦੇ ਤਾਜ਼ਾ ਬਿਆਨ ਮੁਤਾਬਕ ਇਹ ਸੰਭਾਵਨਾ ਹੈ ਕਿ ਇਹ ਆਵਾਜ਼ ਏ ਪੰਜਾਬ ਨਾਮਕ ਫਰੰਟ ਕਾਂਗਰਸ ਨਾਲ ਵੀ ਸਿਆਸੀ ਸਾਂਝ ਪਾ ਸਕਦਾ ਹੈ ਆਮ ਆਦਮੀ ਪਾਰਟੀ ਵਿੱਚ ਵੀ ਜਾ ਸਕਦਾ ਹੈ ਅਤੇ ਇਹ ਵੀ ਕੋਈ ਪਤਾ ਨਹੀਂ ਕਿ ਸ਼੍ਰੀ ਨਵਜੋਤ ਸਿੱਧੂ ਮੁੜ ਛੜੱਪਾ ਮਾਰ ਕੇ ਭਾਜਪਾ ਦੀ ਗੋਦੀ ਵਿੱਚ ਜਾ ਬਹਿਣ ਕਿਉਂਕਿ ਆਪ ਜੀ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਅਜੇ ਤੱਕ ਭਾਜਪਾ ਦਾ ਦਾਮਾ ਨਹੀਂ ਛੱਡਿਆ ਸਭ ਤੋਂ ਅਹਿਮ ਗੱਲ ਇਹ ਵੀ ਹੈ ਕਿ ਅਜੇ ਤੱਕ ਆਮ ਆਦਮੀ ਪਾਰਟੀ 'ਚੋਂ ਕੱਢੇ ਗਏ ਸਰਦਾਰ ਸੁੱਚਾ ਸਿੰਘ ਛੋਟੇਪੁਰ ਨੇ ਆਪਣੀਆਂ ਸਿਆਸੀ ਯੋਜਨਾਵਾਂ ਦਾ ਖੁੱਲ੍ਹ ਕੇ ਖੁਲਾਸਾ ਨਹੀਂ ਕੀਤਾ ਹਾਂ ਅਰਵਿੰਦ ਕੇਜਰੀਵਾਲ ਵਿਰੁੱਧ ਉਹਨਾਂ ਜ਼ਰੂਰ ਰੱਜ ਕੇ ਭੜਾਸ ਕੱਢੀ ਹੈ ਜੇ ਸਰਦਾਰ ਸੁੱਚਾ ਸਿੰਘ ਛੋਟੇਪੁਰ ਕੋਈ ਨਵੀਂ ਰਾਜਨੀਤਿਕ ਪਾਰਟੀ ਬਣਾਉਂਦੇ ਨੇ ਤਾਂ ਇਹ ਪਾਰਟੀ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ 'ਚ ਹੀ ਤੇਲ ਦੇਵੇਗੀ ਅਤੇ ਇਸ ਦਾ ਸਿਆਸੀ ਲਾਭ ਪੰਜਾਬ ਵਿੱਚ ਯਕੀਨਨ ਕਾਂਗਰਸ ਨੂੰ ਮਿਲੇਗਾ ਜੇ ਗੌਰ ਨਾਲ ਵੇਖਿਆ ਜਾਵੇ ਤਾਂ ਅਜੇ ਤੱਕ ਪੰਜਾਬ ਦੀ ਸਿਆਸੀ ਤਸਵੀਰ ਪੂਰੀ ਤਰ੍ਹਾਂ ਧੁੰਦਲੀ ਹੈ ਭਾਵੇਂ ਅਕਾਲੀ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਉੱਪਰ 2017 ਪੰਜਾਬ ਵਿਧਾਨ ਸਭਾ ਚੋਣਾਂ ਲੜਨ ਅਤੇ ਜਿੱਤਣ ਦੇ ਦਮਗਜ਼ੇ ਮਾਰ ਰਿਹਾ ਹੈ ਪਰ ਜਿਸ ਤਰ੍ਹਾਂ ਸੇਵਾ ਦੇ ਨਾਮ 'ਤੇ ਪੰਜਾਬ ਅਤੇ ਪੰਜਾਬੀਆਂ ਦਾ ਭੈੜਾ ਹਾਲ ਕੀਤਾ ਗਿਆ ਉਸ ਤੋਂ ਲੱਗਦਾ ਹੈ ਕਿ ਇਹਨਾਂ ਦੇ ਤੀਜੀ ਵਾਰ ਲਗਾਤਾਰ ਸਰਕਾਰ ਬਣਾਉਣ ਦੇ ਸਾਰੇ ਸੁਪਨੇ ਚੱਕਣਾ ਚੂਰ ਹੀ ਹੋਣਗੇ ਸਿਆਸੀ ਪੰਡਿਤਾਂ ਦਾ ਕਹਿਣਾ ਹੈ ਕਿ ਬੇਸ਼ੱਕ ਪੰਜਾਬ ਵਿੱਚ ਕਿੰਨੇ ਹੀ ਸਿਆਸੀ ਫਰੰਟ ਕਿਉਂ ਨਾ ਬਣ ਜਾਣ ਪਰ ਆਖਰਕਾਰ ਲੜਾਈ ਅਕਾਲੀ ਭਾਜਪਾ ਅਤੇ ਕਾਂਗਰਸ ਦਰਮਿਆਨ ਹੀ ਹੋਵੇਗੀ ਅਤੇ ਕਾਂਗਰਸ ਨੂੰ ਸਿਆਸੀ ਲਾਭ ਮਿਲਣ ਦੀ ਪੂਰੀ ਸੰਭਾਵਨਾ ਹੈ ਆਮ ਆਦਮੀ ਪਾਰਟੀ ਅਜੇ ਤੱਕ ਪੰਜਾਬ ਵਿੱਚ ਆਪਣਾ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਪੇਸ਼ ਨਹੀਂ ਕਰ ਸਕੀ ਉਹ ਵੱਖਰੀ ਗੱਲ ਹੈ ਕਿ ਭਗਵੰਤ ਮਾਨ ਆਪਣੇ ਆਪ ਨੂੰ ਪੰਜਾਬ ਦੇ ਭਾਵੀ ਮੁੱਖ ਮੰਤਰੀ ਵਜੋਂ ਕਈ ਵਾਰ ਪੇਸ਼ ਕਰ ਚੁੱਕਾ ਹੈ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਉਸ ਦਾ ਸਿਆਸੀ ਕੱਦ ਬਹੁਤ ਛੋਟਾ ਹੈ ਅਤੇ ਪਿਛਲੇ ਦਿਨਾਂ 'ਚ ਕੀਤੀਆਂ ਗਈਆਂ ਹਮਾਕਤਾਂ ਕਾਰਨ ਭਗਵੰਤ ਮਾਨ ਕੇਜਰੀਵਾਲ ਦੀਆਂ ਨਜ਼ਰਾਂ 'ਚ ਸੰਭਵਤਾ ਡਿੱਗ ਗਿਆ ਹੈ ਬਾਕੀ ਆਉਣ ਵਾਲੇ ਚੰਦ ਦਿਨਾਂ 'ਚ ਇਹ ਸਪਸ਼ਟ ਹੋ ਜਾਏਗਾ ਕਿ ਪੰਜਾਬ ਅੰਦਰ ਕਿਹੜੀ ਸਿਆਸੀ ਪਾਰਟੀ ਦੇ ਹੱਕ ਵਿੱਚ ਹਵਾ ਵਗਦੀ ਹੈ।